ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮਨਪ੍ਰੀਤ ਸਿੰਘ, ਮੈਂ ਜ਼ਿਲ੍ਹੇ ਮੋਗੇ ਤੋਂ ਬਿਲੋਂਗ ਕਰਦਾ ਜੀ। ਅਤੇ ਮੈਂ ਡਾਕਟਰ ਅਮਿਤ ਸੂਦ ਨੂੰ ਇਹਨਾਂ ਬਾਰੇ ਦੱਸਿਆ ਕਿਸੇ ਨੇ ਵੀ ਇਹ ਮੋਟਾਪੇ ਦਾ ਆਪਰੇਸ਼ਨ ਵਗੈਰਾ ਕਰਦੇ ਆ, ਅਤੇ ਇਸ ਕਰਕੇ ਮੈਂ ਇਹਨਾਂ ਨੂੰ ਮਿਲਿਆ ਡਾਕਟਰ ਅਮਿਤ ਸੂਦ ਜੀ ਨੂੰ। ਅਤੇ ਇਹਨਾਂ ਨੇ ਫਿਰ ਮੈਨੂੰ ਆਪਰੇਸ਼ਨ ਦੀ ਸਲਾਹ ਦਿੱਤੀ। ਫਿਰ ਮੈਂ ਇਹਨਾਂ ਕੋਲ ਵਾਪਸ ਚਲਾ ਗਿਆ। ਹਫ਼ਤਾ 10 ਦਿਨ ਮੈਂ ਸੋਚਿਆ ਵੀ ਕੰਮ ਧੰਦੇ ਕਰ ਲੱਗੇ ਵੀ ਫਿਰ ਆਪਰੇਸ਼ਨ ਠਹਿਰ ਕੇ ਕਰਵਾ ਲਾਂਗੇ, ਪਰ ਮੈਨੂੰ ਫਿਰ ਲੱਗਿਆ ਵੀ ਕੰਮ ਤਾਂ ਜ਼ਿੰਦਗੀ ਭਰ ਹੁੰਦੇ ਹੀ ਰਹਿਣੇ ਆ, ਵੀ ਸਰੀਰ ਨਾਲੋਂ ਚੰਗਾ ਕੀ ਹੈ। ਇਸ ਕਰਕੇ ਮੈਂ ਡਾਕਟਰ ਨੂੰ 2-4 ਦਿਨ ਬਾਅਦ ਹੀ ਵਾਪਸ ਫਿਰ ਮਿਲਿਆ, ਅਤੇ ਇਹਨਾਂ ਨੇ ਮੇਰੇ ਟੈਸਟ ਲਗਾਏ, ਅਤੇ ਹਫ਼ਤਾ ਬਾਅਦ ਮੇਰਾ ਆਪਰੇਸ਼ਨ ਕੀਤਾ। ਅਤੇ ਮੇਰਾ ਆਪਰੇਸ਼ਨ ਹੋਏ ਨੂੰ ਹੁਣ 2 ਮਹੀਨੇ ਹੋ ਚੁੱਕੇ ਆ, ਅਤੇ ਹੁਣ ਮੇਰਾ ਪਹਿਲਾਂ ਵੇਟ 1 ਕੁਇੰਟਲ 17.5-17 ਕਿਲੋ ਸੀਗਾ, ਅਤੇ ਹੁਣ ਮੇਰਾ ਵੇਟ 94 ਕਿਲੋ ਰਹਿ ਚੁੱਕਾ ਹੈ, ਅਤੇ ਮੇਰਾ 21 ਤੋਂ 22 ਕਿਲੋ ਵੇਟ ਲੋਸ ਹੋ ਗਿਆ। ਔਰ ਇਸ ਵਕਤ ਮੈਂ ਬਹੁਤ ਜ਼ਿਆਦਾ ਖੁਸ਼ ਹੈ। ਅਤੇ ਮੈਨੂੰ ਮੋਟਾਪੇ ਦੇ ਨਾਲ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮਾਂ ਆਉਂਦੀਆਂ ਸੀ, ਜਿਸ ਦੇ ਵਿੱਚ BP ਵਧਣਾ, ਜੋੜਾਂ ਦਾ ਦਰਦ, ਸਾਹ ਫੁੱਲਣਾ ਕਦਮ 'ਤੇ, ਥੋੜ੍ਹੀ ਵਾਟ ਚੱਲਣਾ ਸਾਹ ਫੁੱਲ ਜਾਣਾ, ਅਤੇ ਤੇਜ਼ਾਬ ਬਹੁਤ ਜ਼ਿਆਦਾ ਬਣਨਾ। ਅਤੇ ਇਹ ਸਾਰੀਆਂ ਪ੍ਰੋਬਲਮਾਂ ਤੋਂ ਮੈਂ ਬਿਲਕੁਲ ਠੀਕ ਹੈ, ਮੈਨੂੰ ਕੋਈ ਹੁਣ ਕੋਈ ਪ੍ਰੋਬਲਮ ਨਹੀਂ ਗੀ, ਵੀ ਬਹੁਤ ਵਧੀਆ ਰਿਜ਼ਲਟ ਹੈ। ਇਸ ਤਰ੍ਹਾਂ ਲੱਗਦਾ ਵੀ ਜਿਵੇਂ ਦੁਬਾਰਾ ਨਵਾਂ ਜਨਮ ਹੀ ਮਿਲ ਗਿਆ ਹੋਵੇ। ਅਤੇ ਇੱਥੇ ਬਹੁਤ ਵਧੀਆ ਇਹਨਾਂ ਨੇ ਮੈਨੂੰ ਜਦੋਂ ਮਿਲਿਆ, ਆਪਰੇਸ਼ਨ ਹੋਇਆ, ਬਹੁਤ ਵਧੀਆ ਸਟਾਫ ਨੇ, ਬਹੁਤ ਵਧੀਆ ਮੇਰੀ ਕੇਅਰ ਕੀਤੀ, ਬਹੁਤ ਵਧੀਆ ਆਪਰੇਸ਼ਨ ਹੋਇਆ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਦਿੱਕਤ ਨਹੀਂ ਆਈ। ਅਤੇ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜੋ ਵੀ ਵੀਰ ਭਾਈ ਇਸ ਚੀਜ਼ ਤੋਂ, ਮੋਟਾਪੇ ਤੋਂ ਪਰੇਸ਼ਾਨ ਹੈ, ਤੰਗ ਹੈ, ਤਾਂ ਇੱਕ ਵਾਰ ਡਾਕਟਰ ਅਮਰਸਿੰਘ ਜੀ ਨੂੰ ਜ਼ਰੂਰ ਮਿਲਣ। ਡਾਕਟਰ ਸਾਹਿਬ ਨੂੰ ਆ ਕੇ ਤੁਸੀਂ ਮਿਲ ਸਕਦੇ ਹੈ, ਇਹਨਾਂ ਦੇ ਸੈਂਟਰ OPD ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ 'ਚ ਤਕਰੀਬਨ ਹਨ, ਅਤੇ ਇਹਨਾਂ ਦਾ ਮੇਨ ਸੈਂਟਰ ਮੋਗਾ ਦੇ ਵਿੱਚ ਹੈ। ਜੇ ਕਿਸੇ ਨੇ ਵੀ ਕਿਤੇ ਵੀ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤਾਂ ਮੋਗਾ ਵੀ ਮਿਲ ਸਕਦਾ ਹੈ, ਅਤੇ ਪੰਜਾਬ ਦੇ ਜਿਵੇਂ ਚੰਡੀਗੜ੍ਹ ਹੋਇਆ, ਪੰਚਕੂਲਾ, ਲੁਧਿਆਣਾ ਹੋਇਆ, ਜਲੰਧਰ ਹੋਇਆ, ਅੰਮ੍ਰਿਤਸਰ ਹੋਇਆ, ਉੱਥੇ ਵੀ ਇਹਨਾਂ ਨੂੰ ਮਿਲ ਸਕਦਾ, ਅਤੇ ਆਪਦੀਆਂ ਪ੍ਰੋਬਲਮਾਂ ਤੋਂ ਨਿਜਾਤ ਪਾ ਸਕਦੇ। ਧੰਨਵਾਦ।